ਛੋਟਾ ਛੋਟਾ ਸੀਗਾ ਜੀ ਭਾਜੀ ਇਹਦੇ ਇੱਕ ਕੁੜੀ ਨਾਲ ਗੱਲ ਸੀ ਭਾਜੀ ਠੀਕ ਹੈ ਜੀ ਅਤੇ ਇਹਦਾ ਪਤਾ ਨਹੀਂ ਕੀ ਚੱਕਰ ਕੀ ਜੀ ਉਹ ਦਿਨ ਕੁ ਤੰਗ ਕਰਦੇ ਸੀ ਇਹਨਾਂ ਨੂੰ ਜੀ ਅਤੇ ਇਹਨਾਂ ਦੇ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਈ ਇਹਨੇ ਮਾਰ ਕੁੱਟ ਕੀਤੀ ਉਹਨੂੰ ਪਤਾ ਨਹੀਂ ਬੁਲਾਇਆ ਧਮਕਾਇਆ ਇਹਨੇ ਘਰੇ ਆ ਕੁਛ ਖਾ ਲਿਆ ਜੀ ਇਹਦੇ ਹੀ ਕੁੜੀ ਨਾਲ ਗੱਲ ਸੀ ਭਾਜੀ ਠੀਕ ਹੈ ਜੀ ਅਤੇ ਇਹਦਾ ਪਤਾ ਨਹੀਂ ਕੀ ਚੱਕਰ ਕੀ ਜੀ ਉਹ ਦਿਨ ਕੁ ਤੰਗ ਕਰਦੇ ਸੀ ਇਹਨਾਂ ਨੂੰ ਜੀ ਅਤੇ ਇਹਨਾਂ ਦੇ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਈ ਇਹਨੇ ਮਾਰ ਕੁੱਟ ਕੀਤੀ ਉਹਨੂੰ ਪਤਾ ਨਹੀਂ ਬੁਲਾਇਆ ਧਮਕਾਇਆ ਇਹਨੇ ਘਰੇ ਆ ਕੁਛ ਖਾ ਲਿਆ ਜੀ ਉਸ ਤੋਂ ਬਾਅਦ ਦੋ ਇੱਕ ਮੁੰਡਾ ਗੌਰਵ ਆ ਉਹਨਾਂ ਤੋਂ ਕੁਟਵਾਇਆ ਜੀ ਇਹਨਾਂ ਨੇ ਮਾਂ ਵੀ ਵਿੱਚ ਇਨਵੋਲਵ ਆ ਕੁੜੀ ਲਕਸ਼ਮੀ ਉਹ ਵੀ ਇਨਵੋਲਵ ਆ ਜੀ ਭਰਾ ਹੈਗਾ ਇੱਕ ਦੀਪਕ ਉਹ ਵੀ ਵਿੱਚ ਇਨਵੋਲਵ ਆ ਜੀ ਕੁੜੀ ਭਾਅ ਜੀ ਮੈਨੂੰ ਉਮਰ ਦਾ ਨਹੀਂ ਪਤਾ ਉਹਦੀ ਕੋਈ ਆਪਾਂ ਨੂੰ ਐਵੇਂ ਕਹਿ ਦਈਏ ਭਾਈ ਇਨਸਾਫ ਚਾਹੀਦਾ ਸਾਨੂੰ ਬਸ ਕਿੱਥੋਂ ਦੀ ਹੈ ਕੁੜੀ ਕੁੜੀ ਸਾਡੇ ਇੱਥੇ ਪਿਪਲਾਣੀ ਦੀ ਹੈ ਸੁਸਾਈਡ ਨੋਟ ਵੀ ਲਿਖਿਆ ਸਭ ਕੁਛ ਨੋਟ ਸਾਰੇ ਸਬੂਤ ਪਏ ਮੇਰੇ ਤੋਂ ਜੀ ਪੂਰੇ ਸਬੂਤ ਪਏ ਆ ਸੁਸਾਈਡ ਨੋਟ ਤੋਂ ਲੈ ਕੇ ਵਿਆਹ ਤੱਕ ਦੀਆਂ ਫੋਟੋਆਂ ਸਭ ਕੁਛ ਪਿਆ ਭਾਅ ਜੀ ਵਿਆਹ ਹੋਇਆ ਸੀ ਇਹਨਾਂ ਉਹ ਜਾਣੀ ਕਿ ਭਾਅ ਜੀ ਓਦਾਂ ਜਿੱਦਾਂ ਕੱਚਾ ਵਿਆਹ ਹੁੰਦਾ ਨਾ ਭਾਅ ਜੀ ਕੁੜੀ ਕਹਿੰਦੀ ਭਾਅ ਜੀ ਮੈਂ ਕੁਛ ਖਾ ਕੇ ਮਰ ਜਾਣਾ ਤੁਹਾਡੇ ਪੱਲੇ ਪੈ ਜਾਣਾ ਜੇ ਤੁਸੀਂ ਮੇਰੇ ਨਾਲ ਵਿਆਹ ਨਾ ਕਰਾਇਆ ਮੈਂ ਭੱਜ ਜਾਣਾ ਜਾਂ ਕੁਛ ਕਰ ਦੇਣਾ ਜੀ ਭਾਅ ਜੀ ਇਹਨਾਂ ਨੇ ਕੁੱਟਿਆ ਘਬਰਾਇਆ ਬਹੁਤ ਹੋਇਆ ਸੀ ਭਾਅ ਜੀ ਉਹ ਡਰ ਬਹੁਤ ਸੀਗਾ ਉਹਦੇ ਮਨ 'ਚ ਭਾਅ ਜੀ ਡਰ ਵਿੱਚ ਭਾਅ ਜੀ ਉਹਨੇ ਇਹ ਕੰਮ ਕੀਤਾ ਜੀ ਮਗਰ ਪਈ ਸੀ ਕਹਿੰਦੀ ਮੈਨੂੰ ਲੈ ਜਾਓ ਵਿਆਹ ਕੇ ਅਸੀਂ ਕਿਹਾ ਨਹੀਂ ਅਸੀਂ ਨਹੀਂ ਕਰਨਾ ਇਹ ਕੰਮ ਅਤੇ ਕਹਿੰਦੀ ਮੈਨੂੰ ਘਰ ਦੇ ਮਾਰਦੇ ਆ ਅਸੀਂ ਕਿਹਾ ਨਹੀਂ ਕਹਿੰਦੀ ਮੈਂ ਵਿਆਹ ਕਰਨ ਵਾਲਾ ਸੰਦੂਰ ਪਾ ਰਹੇ ਫਿਰ ਮੈਂ ਕਹਿੰਦੀ ਕੁਛ ਨਹੀਂ ਕਰਦੀ ਇੱਦਾਂ ਨਹੀਂ ਤਾਂ ਮੈਂ ਮਰ ਜਾਣਾ ਪੁੱਤ ਅਸੀਂ ਕਿਹਾ ਠੀਕ ਆ ਤੇਰਾ ਵਿਆਹ 3 ਸਾਲ ਬਾਅਦ ਉਹਦੀ ਮੁੰਡੇ ਦਾ ਕਰਾਂਗੇ ਅਸੀਂ ਨਹੀਂ ਕਰਨਾ ਇਹਨੇ ਛੱਡ ਕੇ ਮਾਂ ਨੇ ਦੋਨੇ ਕੁੜੀਆਂ ਨੇ ਕਿਤੇ ਮੁੰਡੇ ਤੋਂ ਕਟਵਾਇਆ ਮੇਰੇ ਪੁੱਤ ਨੂੰ ਮੋਬਾਈਲ ਖੋਂਦੇ ਆ ਵੀ ਇਹਦੇ ਕੋਲ ਮੇਰਾ ਮੁੰਡਾ ਜਾਨ ਬਚਾ ਕੇ ਨੱਕਿਆ ਇੱਟ ਚੱਕੀ ਮਾਰਨ ਨੂੰ ਮੁੰਡੇ ਨੇ ਗੌਰਵ ਨਾਂ ਦਾ ਮੁੰਡਾ ਕੀ ਮੰਗ ਕਰਦੇ ਭਾਅ ਜੀ ਇਨਸਾਫ ਦਿੱਤਾ ਜਾਵੇ ਜਾਵੇ ਜਿੱਦਾਂ ਮੇਰਾ ਪੁੱਤ ਗੋਲਿਆ ਮਰ ਜਾਵੇ ਇੱਦਾਂ ਹੀ ਮਾਰੀ ਜਾਵੇ ਮੇਰਾ ਪੁੱਤ ਗੋਲਿਆ ਉਹਨਾਂ ਦੀ ਮਿਹਨਤ ਕਰਦੇ ਰਹੇ ਮੇਰਾ ਪੁੱਤ ਕਹਿੰਦਾ ਮੈਂ 3 ਸਾਲ ਵਿਆਹ ਨਹੀਂ ਕਰਾਉਣਾ ਤੂੰ ਆਪਣੀ ਮਾਂ ਤੋਂ ਦੇਖਿਆ ਨਹੀਂ ਚਿਰ ਮੈਂ ਭੈਣਾਂ ਵਾਲਾ ਮੈਂ ਤੈਨੂੰ ਰਾਜਕੁਮਾਰ ਦੇ ਬਿਆਨ ਤੇ ਜਿਹੜਾ ਭਰਾ ਉਹਦੇ ਬਿਆਨ ਤੇ ਜਿਹੜਾ ਮੁਕਦਮਾ ਦਰਜ ਕੀਤਾ ਤਿੰਨ ਉਹ ਚ ਤਿੰਨ ਵੀ ਜਾ ਗਿਆ ਧਾਰਾ 334 ਆਈਪੀਸੀ ਦੇ ਤਹਿਤ ਮੁਕਦਮਾ ਦਰਜ ਕੀਤਾ ਪਰਿਵਾਰ ਦਾ ਰੂਪ ਟੁੱਟਿਆ ਹੋਈ ਸੀ ਉਹ ਤਫਤੀਸ਼ ਚੱਲ ਰਹੀ ਹੈ ਜੋ ਵੀ ਜਿੱਦਾਂ ਫੈਕਟਰ ਸਾਹਮਣੇ ਕਾਰਵਾਈ ਕੀਤੀ।